ਇੱਥੇ ਜਾਨੀ ਖਾਂ ਤੇ ਮਾਨੀ ਖਾਂ ਉਹਨਾਂ ਸਾਹਿਬਜ਼ਾਦਿਆਂ 'ਤੇ ਤਸ਼ੱਦਦ ਢਾ ਰਹੇ ਨੇ। ਮਾਨਸ ਕੀ ਯਾਦ ਕਿਵੇਂ ਬਣਦੀ ਹੈ? ਉੱਥੇ ਗਣੀ ਖਾਂ ਤੇ ਨਬੀ ਖਾਂ ਵੀ ਨੇ। ਧਰਮ ਨਹੀਂ ਸਿਖਾਉਂਦਾ ਕਿਸੇ ਦਾ ਕਿ ਕਿਸੇ ਨਾਲ ਵਿਰੋਧ ਕੀਤਾ ਜਾਵੇ, ਕਿਸੇ ਨਾਲ ਕੋਈ ਵੈਰਤਾ ਕੀਤੀ ਜਾਵੇ। ਜਿੱਥੇ ਔਰੰਗਜ਼ੇਬ ਹੈ ਉੱਥੇ ਨਿਹੰਗ ਕੋਟਲਾ ਉਹ ਵੀ ਹੈ, ਕੁੰਮਾ ਮਾਸ਼ਕੀ ਵੀ ਹੈ। ਇਹ ਸਾਨੂੰ ਨਹੀਂ ਸਿਖਾਇਆ ਕਿਸੇ ਨੇ, ਕਿਸੇ ਮਜ਼ਹਬ ਨੂੰ, ਕਿਸੇ ਵੇਦ ਨੇ, ਸ਼ਾਸਤਰ ਨੇ ਕਿਸੇ ਨੂੰ ਨਹੀਂ ਸਿਖਾਇਆ। ਇਹ ਮਨੁੱਖ ਦੀ ਸ਼ੁਰੂ ਤੋਂ ਕਰੂਰਤਾ ਰਹੀ ਹੈ ਕਿ ਮੈਨੂੰ ਉਹ ਪ੍ਰਾਪਤੀ ਨਹੀਂ ਹੋ ਰਹੀ ਤੇ ਤੂੰ ਵੀ ਨਹੀਂ ਕਰ ਸਕਦਾ, ਜੇ ਮੈਂ ਨਹੀਂ ਕੀਤੀ ਤੇ ਤੂੰ ਵੀ ਨਹੀਂ। ਇਸੇ ਮਾਇਆ ਨੇ ਰੱਬ ਤੋਂ ਦੂਰ ਕਰ ਦਿੱਤਾ ਮਨੁੱਖ ਨੂੰ। ਤੇ ਪਰ ਕਹਿੰਦੇ ਨੇ ਸਾਰਿਆਂ 'ਚ ਇੱਕ ਹੈ ਪਰਮਾਤਮਾ ਜੀ, ਕਹਿੰਦੇ ਨੇ ਅਕਾਲ ਗੁਰਸਤਰ 'ਚ ਬੜੇ ਪਿਆਰ ਨਾਲ ਉਚਾਰ ਰਹੇ ਨੇ। ਕਰਤਾ ਕਰੀਮ ਸੋਈ ਰਹਤਾ ਰਹੀਮ ਹੋਈ, ਕਰਤਾ ਕਰੀਮ ਸੋਈ ਰਾਜਕ ਰਹੀਮ ਹੋਈ। ਇੱਕੋ ਹੀ ਕਰਤਾ ਹੈ, ਜਾਤ ਮੈਂ ਜੋਤ, ਜੋਤ ਮੈਂ ਜਾਤਾ। ਜਾਤ ਨਾ ਵੇਖੋ, ਜਾਤ ਕਾ ਨਾ ਗਰਭ ਕਰ ਮੁਰਖਾ ਵਾਰਾ। ਜਾਤ ਵਿੱਚ ਜੋਤ ਹੈ ਤੇ ਜੋਤ ਦੇ ਅੰਦਰ ਜਾਤਾ, ਮੇਰਾ ਪ੍ਰਭੂ ਮਾਲਕ। ਪਰ ਜਿੰਨੇ ਅਕਲ ਅਕਲਾ, ਕਹਿੰਦੇ ਜਿੰਨੇ ਸਿਫਤ ਤੇ ਆ ਅਕਲ ਤੋਂ ਕੰਮ ਲਿਆ ਨਾ, ਅਕਲ ਅਕਲਾ ਭਰਪੂਰ ਰਿਹਾ, ਜਿੰਨੇ ਮਨ ਲਾ ਕੇ ਪੜਿਆ ਨਾ, ਫਿਰ ਕਹਿੰਦੇ ਨੇ ਤੂੰ ਸੱਚਾ ਸਾਹਿਬ, ਇੱਕ ਜਗ੍ਹਾ ਟਿਕਾ ਹੈ ਤੇਰਾ ਇਸ ਸੰਸਾਰ ਧਰਤੀ 'ਚ। ਸਿਫਤ ਸਵਾਲਿਓ, ਜਿਹਨੇ ਸਿਫਤੀ ਤੇਰੀ ਕੀਤੀ ਹੈ, ਜਿਹਨੇ ਸਿਫਤ ਕੀਤੀ ਹੈ ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪੈ। ਜਿਹਨੇ ਉਹਦੇ ਗੁਣ ਗਾਏ ਨੇ, ਜਿਹਨੇ ਉਹਦੇ ਚਰਨਾਂ ਨਾਲ ਪ੍ਰੀਤ ਲਾਈ ਹੈ, ਉਹ ਨਹੀਂ ਟਿਕਿਆ, ਸਿੱਧਾ ਤੁਰ ਦਰਗਾਹ, ਇਸ ਸੰਸਾਰ ਤੋਂ ਮੁਕਤੀ ਦਾ ਦਰ ਮਿਲ ਗਿਆ ਉਸ। ਅਸੀਂ ਵੀ ਇਹੀ ਕਰਨਾ ਹੈ ਕਿ ਇੱਕੋ ਹੀ ਕਰਤਾ ਹੈ, ਇੱਕੋ ਹੀ ਰਹੀਮ ਹੈ, ਇੱਕੋ ਹੀ ਰਾਮ ਹੈ, ਸਭ ਨੂੰ ਇੱਕੋ ਜਗ੍ਹਾ ਲਿਆ ਗੁਰੂ ਨੇ। ਤਰਨ ਕਰਨ ਪ੍ਰਾਮ ਮਾਨ ਮੋ।
मानस की जात सबै एक पहचान को 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 मानस की जात सबै एक पहचान को मानस की जात सबै एक पहचान को Thank you.
ਸਭ ਨੂੰ ਇੱਕੋ ਹੀ ਹਾਰ ਵਿੱਚ ਪਰੋ ਕੇ ਗੁਰੂ ਸਾਹਿਬ ਨੇ ਰੱਖਿਆ ਸੀ ਇਸ ਸੰਸਾਰ ਨੂੰ ਤੇ ਜਾਣ ਤੋਂ ਪਹਿਲਾਂ ਜਦੋਂ ਮਾਤਾ ਸਾਹਿਬ ਦੇਵਾਂ ਸਾਹਿਬ ਕੌਰ ਜੀ ਨੇ ਆ ਕੇ ਪੁੱਛਿਆ ਲਾਲ ਨਜ਼ਰ ਨਹੀਂ ਆਉਂਦੇ ਉਹ ਪਰਿਵਾਰ ਨਜ਼ਰ ਨਹੀਂ ਆਉਂਦਾ ਜੋ ਤੁਹਾਡੇ ਨਾਲ ਅਨੰਦਪੁਰ ਦੀ ਸਾਹਿਬ ਤੋਂ ਵਿਛੋੜਾ ਪੈ ਗਿਆ ਸੀ ਤਾਂ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਿਚਾਰ ਚਾਰ ਮੂਏ ਤੇ ਕਿਆ ਹੋਆ ਜੀਵਤ ਗਈ ਹੈ ਪਹਿਲੇ ਦਿਨ ਤੋਂ ਹੀ ਇਹ ਗੱਲ ਆਖੀ ਸੀ ਕਿ ਸਾਡੀ ਵੀ ਇੱਛਾ ਹੈ ਕਿ ਸਾਡਾ ਡੋਲਾ ਆਇਆ ਅਤੇ ਸਾਡੇ ਘਰ ਵੀ ਔਲਾਦ ਹੋਵੇ ਤਾਂ ਗੁਰੂ ਸਾਹਿਬ ਨੇ ਆਖਿਆ ਸੀ ਕੱਲ੍ਹ ਦੀਵਾਨ ਵਿੱਚ ਆਉਣਾ ਗੁਰੂ ਕਿਰਪਾ ਕਰੇਗਾ ਆਪ ਜੀ ਦਾ ਇਹ ਮਨ ਦੀ ਇੱਛਾ ਪੂਰੀ ਹੋ ਜਾਏ ਤਾਂ ਬੜਾ ਮਨ ਚ ਚਾਅ ਲੈ ਕੇ ਸਾਹਿਬ ਦੇਵਾਂ ਕੌਰ ਦੀਵਾਨੇ ਚ ਆਏ ਤਾਂ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਉੱਠ ਕੇ ਸੰਗਤਾਂ ਦੇ ਵਿੱਚ ਦੀਵਾਨ ਲੱਗੇ ਹੋਏ ਸਨ ਅਤੇ ਇਹ ਵੱਡਾ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਇਹ ਸਾਰਾ ਪੰਥ ਸਾਹਿਬ ਦੇਵਾਂ ਦੀ ਝੋਲੀ ਚ ਪਾਇਆ ਇਹ ਤੇਰੇ ਪੁੱਤਰ ਨੇ ਇਹ ਸਾਰੇ ਤੇਰੇ ਬੱਚੇ ਹਨ ਕੋਈ ਅੱਜ ਕਿਸੇ ਮਾਂ ਦਾ ਪੁੱਤਰ ਚਲੇ ਜਾਏ ਨਾ ਤੇ ਵਿਧਵਾ
ਪਰ ਮਾਤਾ ਸਾਹਿਬ ਦੇਵਾ ਸਦਾ ਹੀ ਮਾਂ ਸਾਰੇ ਜਗਤ ਦੀ। ਇੱਕ ਗਿਆ ਦੋ ਆ ਰਹੇ ਨੇ, ਦੋ ਗਿਆ ਚਾਰ ਆ ਰਹੇ, ਕਦੀ ਨਹੀਂ ਇਹ ਮਾਂ ਪੁੱਤਰ ਧੀ ਤੂੰ ਸੱਖਣੀ ਹੋ ਸਕਦੀ ਬੱਚੇ ਤੇ। ਇਹ ਗੁਰੂ ਨੇ ਸਾਡੀ ਝੋਲੀ 'ਚ, ਇਹ ਗੁਰੂ ਦੀ ਸੋਚ ਸੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੜਾ ਸੋਚ ਸਮਝ ਕੇ ਫੈਸਲਾ ਲਿਆ ਕਿ ਸਿੱਖ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਜਿਹੜਾ ਮੇਰੇ ਵਰਗੀ ਰਹਿਣੀ ਬਹਿਣੀ ਸਹਿਣੀ ਰੱਖੇਗਾ ਉਹ ਮੇਰਾ ਗੁਰੂ ਤੇ ਮੈਂ ਉਹਦਾ ਚੇਲਾ। ਰਹਿਤ ਬਿਨਾ ਨਾ ਸਿੱਖ ਕਹਾਵੇ, ਅੰਮ੍ਰਿਤ ਦੇ ਧਾਰਨੀ ਗੁਰਬਾਣੀ ਦੇ ਧਾਰਨੀ ਗੁਰੂ ਦੇ ਨਾਲ ਜੁੜਨਾ, ਰਹਿਤ ਬਿਨਾ ਦਰ ਚੋਟਾਂ ਖਾਵੇ, ਰਹਿਤ ਤੋਂ ਬਿਨਾਂ ਸੰਸਾਰ ਵਿੱਚ ਨਾ ਕੋਈ ਸੁੱਖ ਨਾ ਉਸਨੂੰ ਕੋਈ ਆਨੰਦ ਆਏਗਾ, ਰਹਿਤ ਬਿਨਾ ਸੁੱਖ ਕਬਹੂ ਨਾ ਲੈ, ਸੋਤੇ ਰਹਿਤ ਤਾਂ ਤੇ ਰਹਿਤ ਸੁਦ੍ਰਿੜ ਕਰ ਰਹੇ। ਖਾਲਸਾ ਖਾਸ ਕਹਾਵੇ ਸੋਈ ਝਾਂਕੇ ਹਿਰਦੇ ਪਰਮ ਨਾ ਹੋਏ, ਪਰਮ ਪੇਖ ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ, ਉਹ ਮੇਰਾ ਗੁਰੂ ਹੈ ਤੇ ਮੈਂ ਉਹਦਾ ਚੇਲਾ ਹਾਂ। ਗੁਰੂ ਪਾਤਸ਼ਾਹ ਨੇ ਇਹ ਸਾਨੂੰ ਹਦਾਇਤ ਦਿੱਤੀ ਸੀ। ਆਓ ਇਤਨੀਆਂ ਬੇਨਤੀਆਂ ਪਰਿਵਾਰ ਕਰਦੇ ਹੋਏ, ਟਾਈਮ ਨੂੰ ਸਮੇਂ ਨੂੰ ਮੁੱਖ ਰੱਖਦੇ ਹੋਏ, ਗੁਰੂ ਦੀ ਹਾਜ਼ਰੀ ਵਿੱਚ ਇੱਕ ਵਾਰੀ ਵਿਚਾਰ ਕਰੀਏ ਕਿ ਸਾਨੂੰ ਐਸੀ ਕਿਰਪਾ ਕਰ, ਐਸੀ ਸਮਤ ਬਖਸ਼ ਸਤਿਗੁਰੂ ਦੀ ਦਿਆਲਤਾ ਲੈ ਕੇ, ਅਤੇ ਨਾਲ ਹੀ ਫਿਰ ਅਨੰਦ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਉਹ ਕਰਕੇ ਗੁਰੂ ਦੇ ਹੁਕਮਨਾਮੇ ਗੁਰੂ ਸਾਹਿਬ ਜੀ ਦੇ ਅਰਦਾਸ ਚਰਨਾਂ ਵਿਖੇ ਕਰਕੇ ਫਿਰ ਆਪ ਸਾਹਿਬ ਜੀ ਲੰਗਰ ਪਾਣੀ ਛੱਕ ਕੇ ਚਾਲੇ ਪਾਵਾਂਗੇ।